ਵੀ ਆ ਰਹੇ ਨੇ, ਬਾਰ ਬਾਰ ਸਰਫੇਸ ਕਰ ਰਹੇ ਨੇ। ਔਰ ਕੱਲ੍ਹ ਇਸੇ ਬਾਰੇ ਸਾਡੀ ਮੀਟਿੰਗ ਸੀਗੀ ਮਾਨਯੋਗ ਸੀ ਐਮ ਸਾਹਿਬ ਪੰਜਾਬ ਨਾਲ, ਬਾਅਦ ਦੇ ਵਿੱਚ ਸਾਡੇ ਡੀ ਜੀ ਪੀ ਸਾਹਿਬ ਪੰਜਾਬ ਸੀ ਗੌਰਵ ਯਾਦਵ ਜੀ ਨਾਲ, ਉਹਨਾਂ ਦੀ ਮੀਟਿੰਗ ਸੀਗੀ। ਤੋ ਮੈਂ ਕਾਫੀ ਦਿਨ ਤੋਂ ਓਬਜ਼ਰਵ ਕਰ ਰਿਹਾ ਸੀਗਾ ਕਿ ਰੈਟਰਿਕ ਕੁਛ ਨਾ ਕੁਛ ਬਣੀ ਜਾ ਰਿਹਾ। ਜੋ ਸਟੇਟ ਪੁਲਿਸ ਕਰਨਾ ਚਾਹੁੰਦੀ ਹੈ, ਜੋ ਸਟੇਟ ਦੀਆਂ ਹਦਾਇਤਾਂ ਨੇ, ਉਹਨਾਂ ਨੂੰ ਸ਼ਾਇਦ ਕੁਛ ਰੰਗਤ ਹੀ ਹੋਰ ਮਿਲ ਰਹੀ ਹੈ ਔਰ ਸਾਡੇ ਮੁਲਾਜ਼ਮਾਂ 'ਚ ਵੀ ਉਸ ਚੀਜ਼ ਦਾ ਥੋੜ੍ਹਾ ਜਿਹਾ ਇੰਪੈਕਟ ਜਾ ਰਿਹਾ। ਆਈ ਵਾਂਟ ਟੂ ਕਲੈਰੀਫਾਈ ਐਂਡ ਟੈਲ ਯੂ, ਪਹਿਲਾ ਮੁੱਦਾ ਹੈਗਾ ਸਭ ਤੋਂ ਜ਼ਿਆਦਾ ਸਾਡੀ ਮੁਲਾਜ਼ਮਾਂ ਦੀ ਟ੍ਰਾਂਸਫਰ। ਜਿਹੜੀ ਟ੍ਰਾਂਸਫਰ ਨੇ, ਇਹ ਕੋਈ ਇਹਨੂੰ ਕਹਿ ਰਿਹਾ ਜੀ ਮੁਲਾਜ਼ਮ 'ਚ ਮੁਲਾਜ਼ਮ ਨੂੰ ਪਨਿਸ਼ ਕਰਨ ਵਾਸਤੇ ਕੀਤੀਆਂ ਜਾ ਰਹੀਆਂ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਤੋ ਮੈਂ ਇਸ ਬਾਰੇ ਦੱਸਣਾ ਚਾਹੁੰਦਾ ਕਿ ਸਾਡੀ ਇੱਕ ਸਟੇਟ ਗੌਰਮੈਂਟ ਵੱਲੋਂ ਅਪਰੂਵਡ ਪੰਜਾਬ ਪੁਲਿਸ ਦੀ ਪੋਲਿਸੀ ਹੈ ਰਿਗਾਰਡਿੰਗ ਟ੍ਰਾਂਸਫਰ ਇਨ ਐਨੀ ਡਿਸਟ੍ਰਿਕਟ ਇਨ ਐਨੀ ਰੇਂਜ ਇਨ ਦੀ ਸਟੇਟ। ਇਹ ਜਿੰਨੀਆਂ ਟ੍ਰਾਂਸਫਰ ਨੇ ਉਹਦੇ ਉਸੇ ਤਹਿਤ ਉਹਦੇ ਅੰਡਰ ਹੀ ਕੀਤੀਆਂ ਗਈਆਂ ਨੇ, ਕਿਉਂਕਿ ਇਹ ਨਹੀਂ ਕਿ ਮੁਲਾਜ਼ਮਾਂ ਨੂੰ ਪਨਿਸ਼ ਕਰਨ ਵਾਸਤੇ ਜਾਂ ਕਿਹਾ ਜਾ ਰਿਹਾ ਕਿ ਮੁਲਾਜ਼ਮਾਂ ਦਾ ਨੈਕਸਸ ਹੋ ਗਿਆ ਜੀ, ਸਮਗਲਰਸ ਨਾਲ ਜੀ ਹੋ ਗਿਆ, ਉਹ ਹੋ ਗਿਆ। ਮੈਂ ਉਹ 'ਤੇ ਵੀ ਆਵਾਂਗਾ, ਤੁਹਾਨੂੰ ਉਹ ਵੀ ਸੱਚਾਈ ਦੱਸਾਂਗਾ, ਆਈ ਐਕਸਪਲੇਨ ਦੈਟ ਯੂ ਆਲਸੋ ਕਿ ਉਹਦੀ ਕੀ ਸੱਚਾਈ ਹੈਗੀ। ਉਹਦੀ ਇੱਕ ਸਾਡੀ ਪੋਲਿਸੀ ਆ ਕਿ ਜਿਹੜਾ ਕੋਈ ਮੁਲਾਜ਼ਮ, ਕੋਈ ਇੰਸਪੈਕਟਰ, ਕੋਈ ਸਬ ਇੰਸਪੈਕਟਰ ਅਗਰ ਕਿਸੇ ਥਾਣੇ 'ਚ ਐਸ ਐਚ ਓ ਹੈਗਾ ਤਾਂ ਉਹ ਕਿੰਨੀ ਦੇਰ ਰਹਿ ਸਕਦਾ। ਦਿਸ ਇਜ਼ ਅਗਰ ਜਿਹੜਾ ਛੋਟਾ ਮੁਲਾਜ਼ਮ ਆ ਕੌਂਸਟੇਬਲ, ਉਹ ਕਿੱਥੇ ਕਿੰਨੀ ਦੇਰ ਰਹਿ ਸਕਦਾ, ਹੈੱਡ ਕੌਂਸਟੇਬਲ ਕਿੰਨੀ ਦੇਰ ਰਹਿ ਸਕਦਾ, ਈ ਐੱਸ ਆਈ ਕਿੰਨੀ ਦੇਰ ਰਹਿ ਸਕਦਾ, ਸਭ ਜੋ ਕਿੰਨੀ ਦੇਰ ਰਹਿ ਸਕਦਾ। ਆਈ ਹੈਵ ਗਾਟ ਫਿਗਰਸ ਵਿਦ ਮੀ, ਠੀਕ ਹੈ ਨਾ ਜੀ। ਮੈਂ ਸ਼ਾਰਟਲਿਸਟ ਕੀਤਾ ਸਟੈਂਡਿੰਗ ਆਰਡਰ 'ਤੇ, ਬਹੁਤ ਵੱਡੇ ਨੇ। ਜਿਵੇਂ ਸਾਡੇ ਕਿਸੇ ਵੀ ਥਾਣੇ ਕੋਈ ਮੁਲਾਜ਼ਮ 3 ਸਾਲ ਤੋਂ ਉੱਪਰ ਨਹੀਂ ਰਹਿ ਸਕਦਾ, ਠੀਕ ਹੈ ਜੀ। ਹੀ ਹੈਜ਼ ਟੂ ਬੀ ਸ਼ਿਫਟਡ ਫੰਡਸ, ਉਹਨੂੰ ਸ਼ਿਫਟ ਕਰਕੇ 3 ਸਾਲ ਵਾਸਤੇ ਕਿਸੇ ਹੋਰ ਜਗ੍ਹਾ ਭੇਜਣਾ ਪਏਗਾ, ਨਹੀਂ ਦੂਜੇ ਕਿਸੇ ਥਾਣੇ ਜਾਂ ਕਿਸੇ ਹੋਰ ਜਗ੍ਹਾ ਜੀ। ਦੈਨ ਦੁਬਾਰਾ ਹੀ ਕੈਨ ਅਰੇਂਜ ਵੀ ਵਿਦ ਇਨ ਸੇਮ ਡਿਸਟ੍ਰਿਕਟ ਵੀ ਕੈਨ ਕਮ, ਬਟ ਉਹਦੇ ਬਾਅਦ ਦੁਬਾਰਾ ਉਹ ਆਫਟਰ ਕੂਲਿੰਗ ਆਫ ਪੀਰੀਅਡ ਆਫ 3 ਈਅਰਸ ਹੀ ਕੈਨ ਕਮ ਬੈਕ। ਇਸ ਤਰ੍ਹਾਂ ਇੱਕ ਡਿਸਟ੍ਰਿਕਟ 'ਚ ਕੋਈ ਜਿਹੜਾ ASI ਕੋਈ ਇੰਸਪੈਕਟਰ ਹੈਗਾ, ਉਹ 8 ਸਾਲ ਤੋਂ ਵੱਧ ਉਸ ਪੋਲਿਸੀ ਮੁਤਾਬਕ ਨਹੀਂ ਰਹਿ ਸਕਦਾ। ਦੈਨ ਹੈੱਡ ਕਾਂਸਟੇਬਲ ਟੂ ਇੰਸਪੈਕਟਰ ਜਿਹੜੇ ਹੈਗੇ ਆ, ਉਹ 15 ਸਾਲ ਤੋਂ ਵੱਧ ਨਹੀਂ ਰਹਿ ਸਕਦੇ। ਇੱਕ ਰੇਂਜ 'ਚ ਬੰਦਾ 12 ਸਾਲ ਤੋਂ ਵੱਧ ਨਹੀਂ ਰਹਿ ਸਕਦਾ, ਜਿਵੇਂ ਸਾਡੀ ਬਾਰਡਰ ਰੇਂਜ ਆ। ਅਗਰ ਕਿਸੇ ਨੂੰ 12 ਸਾਲ ਹੋ ਗਏ ਆ ASI ਟੂ ਇੰਸਪੈਕਟਰ, ਤਾਂ ਹੀ ਹੈਜ਼ ਟੂ ਬੀ ਸ਼ਿਫਟਡ, ਹੀ ਆਰ ਸ਼ੀ ਹੈਜ਼ ਟੂ ਬੀ ਸ਼ਿਫਟਡ। ਜਿਹੜਾ ਕੋਈ ਹੈੱਡ ਕਾਂਸਟੇਬਲ ਜਾਂ ਦੂਸਰੇ ਹੈਗੇ ਆ, ਉਹ 20 ਸਾਲ ਹੋ ਗਏ ਤਾਂ ਵੀ ਹੈਵ ਟੂ ਬੀ ਸ਼ਿਫਟਡ। ਨਵੇਂ ਰਿਕਰੂਟ ਜਿਹੜੇ ਹੈਗੇ ਆ, ਉਹਨਾਂ ਨੂੰ 2020 ਤੋਂ ਬਾਅਦ ਆਪਣੇ ਹੋਮ ਡਿਸਟ੍ਰਿਕਟ ਨਹੀਂ ਲਾਇਆ ਜਾ ਸਕਦਾ। ਦੀਜ਼ ਆਰ ਸਮ ਆਫ ਦੀ ਗਾਈਡਲਾਈਨਸ ਜਿਹੜੀਆਂ ਬਕਾਇਦਾ ਸਾਡੇ ਡੀ ਜੀ ਪੀ ਸਾਹਿਬ ਦੇ ਆਫਿਸ ਵੱਲੋਂ ਬਣ ਕੇ ਸਟੇਟ ਗੌਰਮੈਂਟ ਨੂੰ ਭੇਜੀਆਂ ਗਈਆਂ ਔਰ ਸੀ ਐਮ ਸਾਹਿਬ ਵੱਲੋਂ, ਉਸ ਵੇਲੇ ਸੀ ਐਮ ਜਾਂ ਹੁਣ ਦੇ ਸੀ ਐਮ ਵੱਲੋਂ ਇਹ ਅਪਰੂਵ ਕੀਤੀਆਂ ਗਈਆਂ, ਉਹਦੇ ਤਹਿਤ ਅਸੀਂ ਪੋਲਿਸਿਸ ਕਰ ਰਹੇ ਹਾਂ। ਇਹ ਸਾਡੇ ਮੁਲਾਜ਼ਮ, ਸਾਡੇ ਬੱਚੇ ਨੇ, ਸਾਡਾ ਹੀ ਪੁਲਿਸ ਦਾ ਪਰਿਵਾਰ, ਸਾਡਾ ਹਿੱਸਾ ਨੇ। ਇਹ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਤੰਗ ਕਰਾਂਗੇ ਜਾਂ ਅਸੀਂ ਕੁਛ ਕਰਾਂਗੇ, ਲੇਕਿਨ ਯੈਸ, ਕੋਈ ਵੀ ਆਰਗਨਾਈਜੇਸ਼ਨ ਜਿਹੜੀ ਹੈਗੀ ਹੈ ਉਹਦੇ 'ਚ ਕੌਂਸਟੈਂਟਲੀ ਕੰਸਿਸਟੈਂਟਲੀ ਇੰਪਰੂਵਮੈਂਟ ਦੀ ਲੋੜ ਹੁੰਦੀ ਹੈ। ਟਾਈਮ ਟੂ ਟਾਈਮ ਪੋਲਿਸਿਸ ਬਣਦੀਆਂ ਰਹਿੰਦੀਆਂ, ਚੇਂਜ ਹੁੰਦੀਆਂ ਰਹਿੰਦੀਆਂ, ਔਰ ਜਦੋਂ ਇਹ ਮਹਿਸੂਸ ਕੀਤਾ ਜਾਏ ਕਿ ਇਸ ਪੋਲਿਸੀ 'ਚ ਇਹ ਚੇਂਜ ਕਰਨ ਦੀ ਲੋੜ ਆ, ਇਹਨੂੰ ਅਸੀਂ ਇਸ ਤਰ੍ਹਾਂ ਬੈਟਰ ਕਰੀਏ ਤਾਂ ਰਿਜ਼ਲਟਸ ਬੈਟਰ ਆ ਸਕਦੇ ਹਾਂ। ਅਲਟੀਮੇਟਲੀ ਐਵਰੀ ਆਰਗਨਾਈਜੇਸ਼ਨ, ਐਵਰੀ ਫੀਲਡ, ਐਵਰੀ ਸਫੀਅਰ ਵਾਂਟਸ ਇੰਪਰੂਵਮੈਂਟ, ਐਂਡ ਜੋ ਅਸੀਂ ਕਰਦੇ ਹਾਂ ਉਹ ਬੈਟਰਮੈਂਟ ਵਾਸਤੇ ਅਸੀਂ ਕਰਦੇ ਹਾਂ। ਤੁਸੀਂ ਕੋਈ ਵੀ ਦੇਖ ਲਓ, ਚਾਹੇ ਜੁਡੀਸ਼ਰੀ ਹੋਏ, ਚਾਹੇ ਬਿਊਰੋਕ੍ਰੇਸੀ ਹੋਏ, ਚਾਹੇ ਕੋਈ ਹੋਰ ਵੀ ਹੋਏ, ਇੱਕ ਫਿਕਸ ਟਨਿਊਰ ਹੁੰਦੀ ਹੈ। ਉੱਥੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ। ਆਫਟਰ 3 ਈਅਰਸ ਦੀ ਜੱਜਿਸ ਆਰ ਸ਼ਿਫਟਡ, ਨੋਬਡੀ ਸੇਜ਼ ਕਿ ਮਾਸ ਟ੍ਰਾਂਸਫਰ ਹੋ ਗਈਆਂ ਜੀ, ਜੀ ਹੋ ਗਿਆ ਜੀ, ਵੋ ਹੋ ਗਿਆ ਜੀ। ਸਿਮਿਲਰਲੀ
ਸਿਵਲ ਅਫਸਰ ਦੀ ਟੈਨਿਊਰ ਫਿਕਸ ਹੈਗੀ, ਬਾਕੀ ਦਾ ਵੀ ਹੈਗਾ। ਪਰ ਪੁਲਿਸ ਜੋ ਕਿ ਚੂੰਕਿ ਇੱਕ ਸਰਕਾਰ ਦਾ ਵਿਜ਼ੀਬਲ ਵਿੰਗ ਹੈ, ਵੀ ਆਰ ਦੀ ਮੋਸਟ ਵਿਜ਼ੀਬਲ ਵਿੰਗ ਆਫ ਦੀ ਗਵਰਨਮੈਂਟ, ਐਂਡ ਵੀ ਆਰ ਆਲਵੇਜ਼ ਅਵੇਲੇਬਲ ਐਂਡ ਵਿਜ਼ੀਬਲ। ਸੋ ਮੈਨੂੰ ਲੱਗਦਾ ਸਾਡੇ ਕੰਮਕਾਰ ਤੇ ਥੋੜ੍ਹੇ ਜ਼ਿਆਦਾ ਕਿੰਤੂ ਪਰੰਤੂ ਔਰ ਸਵਾਲੀਆ ਚਿੰਨ੍ਹ ਖੜ੍ਹੇ ਹੁੰਦੇ ਨੇ। ਸੋ ਇਸ ਕਰਕੇ ਇਹ ਥੋੜ੍ਹਾ ਜਿਹਾ ਮੈਨੂੰ ਹੋ ਗਿਆ, ਬਟ ਆਈ ਵਾਂਟ ਟੂ ਡਿਸਪੈਲ ਦਿਸ ਇੰਪ੍ਰੈਸ਼ਨ, ਦਿਸ ਹੈਜ਼ ਯੂ ਅਪਰੂਵਲ ਆਫ ਮਾਈ ਸੀਨੀਅਰ ਆਫਿਸਰਸ, ਜੋ ਤੁਹਾਨੂੰ ਮੈਂ ਗੱਲ ਕਰ ਰਿਹਾ, ਯਾਨੀ ਕਿ ਮੈਂ ਆਪਣੇ ਤੌਰ 'ਤੇ ਕਰ ਰਿਹਾ। ਇਟ ਹੈਜ਼ ਦੀ ਫੁੱਲ ਅਪਰੂਵਲ ਆਫ ਮਾਈ ਸੀਨੀਅਰ ਆਫਿਸਰਸ ਕਿ ਤੁਸੀਂ ਇਹ ਕਲੀਅਰ ਕਰੋ ਜੀ ਕਿ ਐਸਾ ਨਹੀਂ ਹੈਗਾ। ਆਈ ਹੈਵ ਡਿਸਕਸ ਵਿਦ ਦੈਮ। ਸੋ ਇਹ ਸਾਡੇ ਮੁਲਾਜ਼ਮਾਂ ਨੂੰ, ਤੁਹਾਨੂੰ ਸਾਰਿਆਂ ਪ੍ਰੈਸ ਦੇ ਵੀਰਾਂ ਨੂੰ, ਮੇਰੇ ਦੋਸਤਾਂ ਨੂੰ, ਲੋਕਾਂ ਨੂੰ ਇੱਕ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਇਹ ਰੂਟੀਨ ਟ੍ਰਾਂਸਫਰਸ ਨੇ ਐਜ਼ ਪਰ ਇੱਕ ਸਾਡੀ ਟ੍ਰਾਂਸਫਰ ਪਾਲਿਸੀ ਜੋ ਅਪਰੂਵਡ ਬਾਈ ਦੀ ਸਟੇਟ ਗਵਰਨਮੈਂਟ ਆ, ਉਹਦੇ ਤਹਿਤ ਕੀਤੀਆਂ ਗਈਆਂ ਨੇ। ਔਰ ਆਉਣ ਵਾਲੇ ਸਮੇਂ ਸ਼ਾਇਦ ਅਸੀਂ ਕੁਛ ਹੋਰ ਵੀ ਕਰਾਂਗੇ। ਇਹ ਅਸੀਂ ਆਪਣੇ ਪੁਲਿਸ ਸਿਸਟਮ ਨੂੰ ਚੁਸਤ ਫੁਸਤ ਔਰ ਦਰੁਸਤ ਬਣਾਉਣ ਵਾਸਤੇ ਅਸੀਂ ਕਰ ਰਹੇ ਹਾਂ। ਫੌਜ ਵੀ ਕਰਦੀ ਆ, ਪੈਰਾਮਿਲਟਰੀ ਫੋਰਸਿਸ ਵੀ ਕਰਦੀਆਂ, ਸਾਰੇ ਕਰਦੇ ਨੇ। ਯੂ ਨੋ ਵਨ ਡੇ ਅ ਮੈਨ ਇਜ਼ ਸਿਟਿੰਗ ਇਨ ਅੰਮ੍ਰਿਤਸਰ, ਨੈਕਸਟ ਡੇ ਹੀ ਫਾਈਂਡਸ ਹਿਮਸੈਲਫ ਇਨ ਜੇ ਐਂਡ ਕੇ, ਥਰਡ ਡੇ ਉਹਦੇ ਨਾਲ ਦੇ ਸਾਥੀ ਜਿਹੜੇ ਆਉਂਦੇ ਨੈਕਸਟ ਏਰੀਆ ਚਲੇ ਜਾਂਦੇ, ਕੋਈ ਕਿੰਤੂ ਪਰੰਤੂ ਨਹੀਂ ਕਰਦਾ। ਸੋ ਕਾਇੰਡਲੀ ਇਹਨੂੰ ਕਲੀਅਰ ਕਰੋ ਕਿ ਦੀਜ਼ ਆਰ ਰੂਟੀਨ ਟ੍ਰਾਂਸਫਰਸ ਐਜ਼ ਪਰ ਦੀ ਪਾਲਿਸੀ ਫਰੇਮ ਐਂਡ ਡਿਊਲੀ ਅਪਰੂਵਡ ਬਾਈ ਦੀ ਸਟੇਟ ਗਵਰਨਮੈਂਟ, ਐਂਡ ਇਹਦਾ ਕੋਈ ਹੋਰ ਅਸੀਂ ਇਹਦਾ ਮੀਨਿੰਗ ਨਾ ਕਰੀਏ। ਫ੍ਰੀ ਮਤਲਬ ਤਾਂ ਹੀ ਥੋੜ੍ਹਾ ਇਸ ਟਾਈਮ 'ਤੇ ਬੁਲਾਇਆ ਕਿ ਆਰਾਮ ਨਾਲ ਜਿੰਨੇ ਮਰਜ਼ੀ ਸਵਾਲ ਪੁੱਛੋ। ਆਈ ਐਮ ਟੂ ਡੀ ਅਸੀਂ ਤਕਰੀਬਨ ਹੁਣ ਤਾਂ ਰੇਸ਼ਮ ਜੀ 1500 ਦੇ ਕਰੀਬ ਅਸੀਂ ਮੁਲਾਇਮ ਕਰ ਚੁੱਕੇ ਹਾਂ। ਆਈ ਇਸ਼ੂ ਦੀ ਪ੍ਰੈਸ ਨੋਟ ਟੂ ਯੂ ਆਲਸੋ, ਠੀਕ ਹੈ ਜੀ। ਪਰ ਮੈਂ ਵੇਰਵਾ ਦਾ ਦੱਸਣਾ, ਮੇਰੇ ਅੰਡਰ 4 ਡਿਸਟ੍ਰਿਕਟ ਨੇ ਜੀ, ਅੰਮ੍ਰਿਤਸਰ ਰੂਰਲ, ਬਟਾਲਾ, ਗੁਰਦਾਸਪੁਰ ਐਂਡ ਪਠਾਨਕੋਟ। ਸੋ ਮੈਂ ਤੁਹਾਨੂੰ ਉਹਨਾਂ ਚਾਰਾਂ ਦੀ ਫਿਕਰ ਦੇ ਦੇਣਾ। ਅਸੀਂ ਤਕਰੀਬਨ 1500 ਦੇ ਕਰੀਬ ਅਸੀਂ ਮੁਲਾਇਮ ਜਿਹੜੇ ਆ ਅਸੀਂ ਸ਼ਿਫਟ ਕਰ ਚੁੱਕੇ ਹਾਂ। 256 ਜਿਹੜੇ ਨੇ ਅਸੀਂ ਕੀਤੇ ਆ ਅੰਮ੍ਰਿਤਸਰ ਰੂਰਲ ਦੇ ਵਿੱਚ, 375 ਅਸੀਂ ਕੀਤੇ ਆ ਬਟਾਲਾ 'ਚ ਹੁਣ ਤੱਕ। ਮੇ ਬੀ ਫਿਗਰ ਮਾਈਟ ਚੇਂਜ ਬਾਈ ਈਵਨਿੰਗ ਔਰ ਮੇ ਬੀ ਟਮੋਰੋ, ਸਲਾਈਟ ਡਿਫਰੈਂਸ ਹੈਗਾ, ਜ਼ਿਆਦਾ ਨਹੀਂ ਆਉਣਾ। ਮੇਜਰ ਟ੍ਰਾਂਸਫਰ ਅਸੀਂ ਕਰ ਚੁੱਕੇ ਹਾਂ ਜੀ। ਗੁਰਦਾਸਪੁਰ 161 ਨੇ ਜੀ, 161, ਐਂਡ ਪਠਾਨਕੋਟ ਨੇ 579। 1371 ਮੁਲਾਜ਼ਮ ਇਹ ਨੇ ਜਿਹੜੀ ਸਾਨੂੰ ਰਿਕਮੈਂਡੇਸ਼ਨ ਲੈ ਕੇ ਭੇਜੀਆਂ ਐਸ ਐਸ ਪੀਜ਼ ਨੇ ਕਿ ਸਰ ਮੇਰੀ ਰੇਂਜ 'ਚ ਇਸ ਪੋਲਿਸੀ ਤਹਿਤ ਅਸੀਂ ਬਕਾਇਦਾ ਆਪਣੇ ਐਸ ਐਸ ਪੀਜ਼ ਤੋਂ ਰਿਕਮੈਂਡੇਸ਼ਨਸ ਮੰਗੀਆਂ, ਸਾਨੂੰ ਉਹਨਾਂ ਨੇ ਭੇਜੀਆਂ। ਉਹਦੇ ਤਹਿਤ ਸਾਡੇ 32 ਮੁਲਾਜ਼ਮ ਆਉਂਦੇ ਸੀ ਜਿਹੜੇ ਡਿਸਟ੍ਰਿਕਟ 'ਚੋਂ ਦੂਸਰੇ ਡਿਸਟ੍ਰਿਕਟ 'ਚ ਟ੍ਰਾਂਸਫਰ ਕੀਤੇ ਜਾਣੇ ਸੀਗੇ ਇਸ ਪੋਲਿਸੀ ਤਹਿਤ। ਉਹ ਅਸੀਂ ਰੇਂਜ ਆਫਿਸ ਨੇ ਆਪਣੇ ਅਸੀਂ ਆਰਡਰ ਇਸ਼ੂ ਕਰਤੇ ਹੈ, ਐਂਡ ਦੇ ਆਰ ਗੋਇੰਗ ਟੂ ਬੀ ਇੰਪਲੀਮੈਂਟਡ ਵੈਰੀ ਸੂਨ। ਇਸ ਤੋਂ ਇਲਾਵਾ 85 ਦੇ ਕਰੀਬ ਮੁਲਾਜ਼ਮ ਐਸੇ ਨੇ ਜਿਨ੍ਹਾਂ ਨੂੰ ਰੇਂਜ 'ਚ ਵੀ ਜਿਹੜਾ ਸਟਿਪੂਲੇਟ ਟਾਈਮ ਸੀਗਾ, ਜਿਹੜਾ ਮਿੱਥਿਆ ਸਮਾਂ ਸੀ, ਉਹਨਾਂ ਨੇ ਪੂਰਾ ਕਰ ਲਿਆ, ਉਸ ਤੋਂ ਜ਼ਿਆਦਾ ਸਮਾਂ ਹੋ ਗਿਆ ਉਹਨਾਂ ਨੂੰ ਕੰਮ ਕਰਦੇ। ਸੋ ਉਹਨਾਂ ਨੂੰ ਅਸੀਂ ਰਿਕਮੈਂਡ ਕਰ ਰਹੇ ਹਾਂ ਆਪਣੇ ਹੈੱਡ ਆਫਿਸ ਨੂੰ, ਪੁਲਿਸ ਹੈੱਡਕੁਆਰਟਰਸ ਨੂੰ, ਕਿ ਤੁਸੀਂ ਇਹਨਾਂ ਦੀ ਟ੍ਰਾਂਸਫਰ ਹੈਗੀ ਸਾਡੀ ਰੇਂਜ 'ਚੋਂ ਕਿਤੇ ਹੋਰ ਕਰ ਦਿਓ। ਸਿਮਿਲਰਲੀ ਮੇਰੇ ਨਾਲ ਸਾਡੀਆਂ ਟੋਟਲ 8 ਰੇਂਜਾਂ ਨੇ ਪੰਜਾਬ 'ਚ, 8 ਰੇਂਜਸ ਨੇ, ਰੇਂਜ ਹੈੱਡਸ ਨੇ, ਚਾਹੇ ਏ ਡੀ ਜੀ ਪੀ, ਚਾਹੇ ਆਈ ਜੀ, ਚਾਹੇ ਡੀ ਆਈ ਜੀ, ਉਹ ਸਾਰੇ ਰਿਕਮੈਂਡ ਕਰ ਰਹੇ ਹਾਂ ਅਸੀਂ ਹੈੱਡਕੁਆਰਟਰਸ ਨੂੰ, ਐਂਡ ਦੈਨ ਦੀ ਹੈੱਡਕੁਆਰਟਰ ਵਿਲ ਰੋਟੇਟ ਦੈਮ। ਇਹ ਰੋਟੇਸ਼ਨ ਹੈ ਕਿਆ, ਇਸੇ ਰੋਟੇਸ਼ਨ ਇੱਕ ਰੋਟੇਸ਼ਨ ਰੋਟੇਸ਼ਨਲ ਟ੍ਰਾਂਸਫਰਸ ਨੇ, ਕੋਈ ਪਨਿਸ਼ਮੈਂਟ ਟ੍ਰਾਂਸਫਰਸ ਨਹੀਂ ਹੈਗੀਆਂ। ਸਾਡੇ ਮੁਲਾਜ਼ਮਾਂ 'ਚ ਵੀ ਮੈਨੂੰ ਪਤਾ ਕਿ ਲੋਕੀ ਕਰੇ ਤੋ ਤੁਹਾਨੂੰ ਤਾਂ ਯਾਰ ਸਜ਼ਾ ਦੇ ਤੀ, ਤੁਹਾਨੂੰ ਤਾਂ ਮੇਰੇ ਕੋਲ ਮੁਲਾਜ਼ਮ ਆਏ ਜਨਾਬ, ਦੇਖੋ ਜੀ ਕੀ ਹੋ ਰਿਹਾ। ਤੋ ਉਹਨਾਂ ਕੋਲ ਬੇਟਾ ਕੋਈ ਐਸੀ ਗੱਲ ਨਹੀਂ,
ਦੀਜ਼ ਆਰ ਰੋਟੇਸ਼ਨ ਟ੍ਰਾਂਸਫਰਸ ਐਂਡ ਮੁਲਾਜ਼ਮ ਕਹਿ ਰਹੇ ਨੇ ਲੋਕ ਸਭਾ ਚੋਣਾਂ ਚ ਆਪਾਂ ਨੂੰ ਪਾਰਟੀ ਦੀ ਹਾਰ ਦਾ ਤੁਹਾਨੂੰ ਪਤਾ ਲੱਗ ਸਕਦਾ। ਇਟ ਇਜ਼ ਅ ਪੋਲੀਟੀਕਲ ਸਟੇਟਮੈਂਟ, ਮੈਂ ਇੱਥੇ ਕਮੈਂਟ ਨਹੀਂ ਕਰਾਂਗਾ, ਬਟ ਆਈ ਕੈਨ ਇਨਸ਼ੋਰ ਓਨਲੀ ਮਾਈ ਫੋਰਸ ਔਨ ਬਿਹਾਫ ਆਫ ਪੰਜਾਬ ਪੁਲਿਸ ਐਂਡ ਮਾਈ ਸੀਨੀਅਰਸ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ। ਨੋ ਡਾਊਟ, ਦੇਖੋ ਤੁਸੀਂ ਵੀ ਇਸ ਗੱਲ ਨੂੰ ਮੰਨੋਗੇ, ਤੁਸੀਂ ਵੀ ਜਾਣਦੇ ਹੋ, ਹਰ ਬੰਦੇ ਕੰਫਰਟ ਜ਼ੋਨ ਹੁੰਦਾ। ਇੱਕ ਬੰਦਾ ਕਿਸੇ ਜਗ੍ਹਾ 5 ਸਾਲ 10 ਸਾਲ ਤੋਂ ਬੈਠਾ, 15 ਸਾਲ ਤੋਂ ਬੈਠਾ, ਨੈਚੁਰਲੀ ਇਜ਼ ਕੰਫਰਟੇਬਲ, ਉਹਦੀ ਫੈਮਿਲੀ ਲਾਗੇ ਹੋਏਗੀ, ਉਹਦਾ ਪਰਿਵਾਰ ਰਿਸ਼ਤੇ ਲਾਗੇ ਹੋਏਗਾ, ਉਹਦਾ ਸਾਰਾ ਸਿਸਟਮ ਸੈੱਟ ਹੋਏਗਾ। ਤੇ ਜਦੋਂ ਚੇਂਜ ਹੁੰਦੀ ਹੈ, ਇਟ ਮੇਕਸ ਅ ਡਿਫਰੈਂਟ। ਅਸੀਂ ਗਜ਼ਟਡ ਅਫਸਰ, ਵੀ ਡੂ ਗੈਟ ਟ੍ਰਾਂਸਫਰ, ਸਾਡਾ ਵੀ ਬੁਰਾ ਹੁੰਦਾ, ਸੂਈ ਤੋਂ ਲੈ ਕੇ ਜਾਂ ਛੱਤ ਦੇ ਪੱਖੇ ਦਾ ਸਭ ਕੁਝ ਸ਼ਿਫਟ ਕਰਨਾ ਪੈਂਦਾ ਇੱਕ ਅਫਸਰ ਨੂੰ, ਇੱਕ ਮਤਲਬ ਕਿਸੇ ਵੀ ਗੈਸਟ ਅਫਸਰ ਨੂੰ, ਬਟ ਇਟਸ ਅ ਪਾਰਟ ਆਫ ਦੀ ਜੋਬ। ਇਹ ਤਾਂ ਸਾਡੇ ਗਹਿਣੇ ਆ ਯਾਰ, ਟ੍ਰਾਂਸਫਰ ਸਾਡੇ ਮਤਲਬ ਸਾਡੇ ਜੋਬ ਦਾ ਗਹਿਣੇ ਗਹਿਣੇ ਨੇ, ਕਦੀ ਪਾ ਲੇ ਕਦੀ ਲਾ ਲੇ, ਤਾਂ ਕੋਈ ਐਸੀ ਗੱਲ ਨਹੀਂ। ਦੇਖੋ ਤੁਹਾਡੇ ਸਾਹਮਣੇ ਸੈਂਟਰਲ ਲੈਵਲ ਤੇ ਵੀ ਆਈ ਐਮ ਨੋਟ ਸਪੋਜ਼ ਟੂ ਮੇਕ ਸੱਚ ਸਟੇਟਮੈਂਟਸ, ਪਰ ਤੁਸੀਂ ਸਵਾਲ ਐਸੇ ਪੁੱਛੋ ਤਾਂ ਫੋਰ ਦੀ ਕਲੈਰੀਫਿਕੇਸ਼ਨ ਆਈ ਵਿਲ ਸੇ, ਤੁਹਾਡੇ ਸਾਹਮਣੇ ਆਰਮੀ ਨੂੰ ਵੀ ਚੁਸਤ ਦੁਰਸਤ ਬਣਾਉਣ ਵਾਸਤੇ, ਏਅਰਫੋਰਸ ਨੂੰ, ਨੇਵੀ ਨੂੰ ਸੈਂਟਰਲ ਲੈਵਲ ਤੇ ਡਿਸਕਸ਼ਨ ਚੱਲੀਆਂ, ਔਰ ਉਹਨਾਂ ਕਿਹਾ ਜੀ ਨਹੀਂ ਅਸੀਂ ਅਸੀਂ ਕਮਾਂਡ ਬਣਾਈ, ਅਸੀਂ ਇੱਕ ਚੀਫ ਡਿਫੈਂਸ ਆਫ ਆਰਮੀ ਸਟਾਫ ਬਣਾਏ ਗਏ। ਇਹੀ ਸੀਗਾ ਕਿ ਸਲਿਮ ਟ੍ਰਿਮ ਕਰਕੇ ਆਰਮੀ ਨੂੰ ਅਤੇ ਕਮਾਂਡ ਸੈਂਟਰ ਬਣਾਏ ਜਾਣ, ਤਾਂ ਕਿ ਜੇ ਲੋੜ ਪੈਂਦੀ ਹੈ ਤਾਂ ਉਹ ਜਿਸ ਕਿਸੇ ਏਰੀਏ 'ਚ ਕੋਈ ਆਹੋ ਜੀ ਕੋਈ ਇਨਫਿਲਟ੍ਰੇਸ਼ਨ ਜਾਂ ਵਾਰ ਹੁੰਦੀ ਹੈ, ਆਰਮੀ ਰਿਸਪੋਂਡ ਕਰ ਸਕੇ। ਚੇਂਜਿਸ ਆਰ ਆਲਵੇਜ਼ ਫੋਰ ਬੈਟਰਮੈਂਟ, ਬਟ ਅਸੀਂ ਕੋਈ ਇਹ ਵੀ ਨਹੀਂ ਹੈ ਕਿ ਯਾਰ ਅਸੀਂ ਕੋਈ ਜੇ ਟ੍ਰਾਂਸਫਰ ਕਰਤੀ ਅਸੀਂ ਉਹਨੂੰ ਕੈਂਸਲ ਨਹੀਂ ਕਰ ਸਕਦੇ। ਦੇਰ ਇਜ਼ ਨੋ ਸੱਚ ਲਾਅ, ਵੀ ਹੈਵ ਕਲੀਅਰ ਮੈਂਡੇਟ ਐਂਡ ਕਲੀਅਰ ਡਾਇਰੈਕਸ਼ਨਸ ਐਂਡ ਫੁੱਲ ਫਰੀਡਮ ਫਰੋਮ ਆਵਰ ਡੀ ਜੀ ਪੀ ਸਾਹਿਬ ਐਂਡ ਅਦਰ ਸੀਨੀਅਰ ਅਫਸਰ। ਸਾਨੂੰ ਡੀ ਸਾਹਿਬ ਕਲੀਅਰ ਕਿਹਾ, ਸਾਨੂੰ ਕੱਲ੍ਹ ਵੀ ਡੀ ਜੀ ਸਾਹਿਬ ਨੇ ਕਲੀਅਰ ਕਿਹਾ ਕਿ ਜਿਹੜਾ ਹਰ ਅਫਸਰ, ਹਰ ਐਸ ਐਸ ਪੀ ਆਪਣਾ ਆਰਡਲੀ ਰੂਮ ਲਗਾਏ, ਮੁਲਾਜ਼ਮਾਂ ਨੂੰ ਮਿਲੇ, ਰੋਜ਼ ਮਿਲੇ, ਰੋਜ਼ ਉਹਨਾਂ ਦੀ ਗੱਲ ਸੁਣੇ। ਰੇਂਜ ਆਫਿਸ ਵੀ ਆ ਗਿਆ, ਤੁਸੀਂ ਸੁਣੋ, ਅੱਜ ਮੈਂ ਤੁਹਾਡੇ ਸਾਹਮਣੇ ਘੱਟੋ ਘੱਟ 30-40 ਮੁਲਾਜ਼ਮਾਂ ਨੂੰ ਤੁਹਾਡੇ ਸਾਹਮਣੇ, ਤੁਹਾਡੇ ਆਉਣ ਤੋਂ ਪਹਿਲੇ ਮਿਲ ਕੇ ਆਏ ਆਪਣੇ ਆਫਿਸ, ਅਸੀਂ ਉਹਨਾਂ ਦੀ ਸੁਣ ਰਹੇ ਹਾਂ, ਜੋ ਰਿਕੁਐਸਟ ਦੇ ਰਹੇ ਆ ਸਾਨੂੰ ਗੱਲ ਕਰ ਰਿਹਾ, ਅਸੀਂ ਰਿਕੁਐਸਟ ਲੈ ਰਹੇ ਹਾਂ, ਉਹਨੂੰ ਕੰਸਿਡਰ ਕਰਾਂਗੇ, ਵੈਰੀਫਾਈ ਕਰਾਂਗੇ। ਸਾਨੂੰ ਕਿਤੇ ਲੱਗਦਾ ਕਿ ਕਿਸੇ ਮੁਲਾਜ਼ਮ ਦੀ ਜੈਨੂਇਨ ਰਿਕੁਐਸਟ ਹੈ, ਅਤੇ ਕੋਈ ਗੱਲ ਨਹੀਂ, ਚਾਹੇ ਉਹ ਪੋਲਿਸੀ ਤਹਿਤ ਵੀ ਆਉਂਦਾ, ਵੀ ਹੈਵ ਦੀ ਫਰੀਡਮ, ਸਾਨੂੰ ਐਮਪਾਵਰਡ ਕੀਤਾ ਗਿਆ ਕਿ ਤੁਸੀਂ ਉਸ ਚੀਜ਼ ਨੂੰ ਕੰਸਿਡਰ ਕਰ ਸਕਦੇ ਹੋ ਐਂਡ ਡੂ ਇਟ। ਨਹੀਂ ਨਹੀਂ ਮੈਂ ਇਸ ਵਾਸਤੇ ਦੱਸ ਰਿਹਾ ਕਿ ਮੈਂ ਮੀਡੀਆ 'ਚ ਵੀ ਕਈ ਚੀਜ਼ਾਂ ਦੇਖੀਆਂ, ਔਰ ਦੇਖੋ ਯਾਰ ਮੈਂ ਪੰਜਾਬ 'ਚੋਂ ਹੀ ਹਾਂ, ਤੁਹਾਡੇ ਵਿੱਚੋਂ ਹੀ ਹਾਂ ਅਸੀਂ ਸਾਰੇ, ਹੈ ਨਾ, ਇੱਥੇ ਪਰਿਵਾਰ, ਇੱਥੇ ਰਿਸ਼ਤੇਦਾਰੀਆਂ, ਇੱਥੇ ਯਾਰ ਦੋਸਤ, ਸਾਡੇ ਕੋਲ ਵੀ ਸਾਡੀਆਂ ਵੱਖਾਂ ਨਾਲ ਸਾਨੂੰ ਗੱਲ ਪਹੁੰਚਦੀ ਹੈ। ਸੋ ਮੈਂ ਸੋਚਿਆ ਕਿ ਯਾਰ ਇਸ ਤੋਂ ਪਹਿਲੇ ਕਿ ਸਾਡੇ 'ਚ ਐਵੇਂ ਇੱਕ ਗਲਤ ਫਹਿਮੀ ਜਿਹੀ ਪੈਦਾ ਹੋਏ, ਇਟ ਇਜ਼ ਵੈਲ ਟੂ ਕਲੈਰੀਫਾਈ। ਨਹੀਂ ਵੋਟਿੰਗ ਘੱਟ ਹੋਈ ਜਾਂ ਵੋਟਿੰਗ ਦਬਾ ਕੇ ਕੀਤੀ ਗਈ, ਇਸ ਕਰਕੇ ਉਹਨੂੰ ਟ੍ਰਾਂਸਫਰ ਕਰਤੀ। ਮੈਂ ਇੱਥੇ ਇਹ ਪੁੱਛਣਾ ਚਾਹ ਰਿਹਾ ਸੀਗਾ ਕਿ ਜਿਹੜੇ ਸੋਸ਼ਲ ਮੀਡੀਆ 'ਤੇ ਫੇਕ ਫਾਲਸ ਨਿਊਜ਼ ਚੱਲਦੀਆਂ ਨੇ ਜਾਂ ਤੁਹਾਡੇ ਤੱਕ ਪਹੁੰਚਦੀਆਂ ਨੇ, ਸਾਡੇ ਤੱਕ ਪਹੁੰਚਦੀਆਂ, ਕਿ ਉਹਨਾਂ 'ਤੇ ਵੀ ਕੋਈ ਨਕੇਲ ਕਸਮ ਦੀ ਜਾਰੀ ਦੇ ਵਿੱਚ ਚੇਤਾਵਨੀ ਦੇਣਾ ਚਾਹੁੰਦੇ ਹਾਂ ਉਹਨਾਂ ਨੂੰ?
ਕਿਉਂਕਿ ਇੱਕ ਤਾਂ ਬਾਈ ਰਜਿਸਟਰ ਚੈਨਲ ਨੇ ਕੁਝ ਘਰਾਂ ਚ ਖੋਲ ਕੇ ਬੈਠੇ ਨੇ, ਕਿਸੇ ਦੇ ਕਹਿਣ ਦੇ ਉੱਤੇ ਆਪਣੇ ਰਿਸ਼ਤੇਦਾਰ ਦੇ ਕਹਿਣ ਦੇ ਉੱਤੇ ਕੋਈ ਉਹਨਾਂ ਕੋਲ ਸੋਰਸ ਨਹੀਂ ਹੈਗਾ, ਆਪਣੇ ਤਹਿ ਤੇ ਹੀ ਉਹ ਇੱਕ ਰਿਊਮਰ ਫੈਲਾ ਰਹੇ ਨੇ, ਉਹਨਾਂ ਨੂੰ ਕੋਈ ਚੇਤਾਵਨੀ ਦੇਣਾ ਚਾਹੁੰਦੇ ਹੋ ਜਾਂ ਫਿਰ ਚੇਤਾਵਨੀ ਵਾਲੀ ਕੋਈ ਗੱਲ ਨਹੀਂ ਦੋਸਤ? ਦੇਖੋ ਹਰ ਇਨਸਾਨ ਦਾ ਆਪਣਾ ਪ੍ਰੋਫੈਸ਼ਨ ਹੈ, ਲੇਕਿਨ ਮੈਂ ਤੇ ਸਿਰਫ ਇਹਨੂੰ ਕਲੈਰੀਫਾਈ ਕਰ ਰਿਹਾ ਕਿ ਤੁਹਾਡੇ ਜੰਮੂਰ ਦੋਸਤਾਂ ਰਾਹੀਂ ਆਪਣੇ ਵੀਰਾਂ ਰਾਹੀਂ ਕਿ ਇਹੋ ਜਿਹੀ ਕੋਈ ਗੱਲ ਨਹੀਂ। ਕਲੀਅਰ ਵੀ ਤਾਂ ਕਰਨਾ ਪੈ ਰਿਹਾ ਕਿ ਮਤਲਬ ਥੋੜ੍ਹਾ ਜਿਹਾ ਮੈਨੂੰ ਲੱਗਾ, ਇਹ ਨਹੀਂ ਕਿ ਮੈਨੂੰ ਕੋਈ ਸੀਨੀਅਰਸ ਨੇ ਕਿਹਾ ਜਾਂ ਕਿਤੋਂ ਮੈਨੂੰ ਕਿਹਾ ਗਿਆ। ਆਈ ਐਮ ਏ ਡੀ ਆਈ ਜੀ ਬਾਰਡਰ ਰੇਂਜਰ, ਮੇਰੀ ਆਪਣੀ ਰਿਸਪੋਂਸਿਬਿਲਟੀ, ਆਈ ਐਮ ਰਿਸਪੋਂਸਿਬਲ ਫੋਰ ਮਾਈ ਏਰੀਆ। ਸੋ ਅਗਰ ਮੇਰੇ ਮੁਲਾਜ਼ਮਾਂ ਚ ਕੋਈ ਚਾਹੇ ਅੱਧਾ ਪਰਸੈਂਟ ਚਾਹੇ ਇੱਕ ਪਰਸੈਂਟ ਵੀ ਗੱਲ ਆ ਰਹੀ ਹੈ, ਇਟ ਇਜ਼ ਮਾਈ ਡਿਊਟੀ ਟੂ ਸੈਟ ਦੀ ਹਾਊਸ ਇਨ ਆਰਡਰ। ਸੋ ਮੈਂ ਤਾਂ ਉਸ ਪੱਖੋਂ ਤੁਹਾਨੂੰ ਬੁਲਾਇਆ, ਉਸ ਪੱਖੋਂ ਗੱਲ ਕਰ ਰਿਹਾ ਕਿ ਕੋਈ ਐਸੀ ਗੱਲ ਨਹੀਂ, ਇਹ ਉਹਨਾਂ ਦੇ ਬਿਹਤਰੀ ਵਾਸਤੇ ਆ, ਅੱਜ ਨਹੀਂ। ਤੁਸੀਂ 15 ਦਿਨ ਮਹੀਨਾ ਡਿਆ ਤੋਂ ਆਪ ਕਹਿਣਗੇ ਕਿ ਯਾਰ ਨਵੀਂ ਥਾਂ ਜਾ ਕੰਮ ਕਰਨ ਦਾ ਮਜ਼ਾ ਆ ਜਾਵੇ, ਤੋ ਪੁਰਾਣੇ ਘਾਵਾਂ ਦੇ ਵੀ ਖੜਾ ਪਾਣੀ ਤੇ ਸਮੈਲ ਮਾਰਨ ਲੱਗ ਪੈਂਦਾ। ਔਰ ਅਗਰ ਚੇਂਜ ਹੋਏਗੀ, ਬੰਦੇ ਨਵੀਂ ਜਗ੍ਹਾ ਜਾਣਗੇ, ਨਵੀਂ ਮੋਟੀਵੇਸ਼ਨ ਹੋਏਗੀ, ਨਵੇਂ ਚੈਲੇਂਜਸ ਹੋਣਗੇ, ਆਈ ਐਮ ਸ਼ੋਰ ਰਿਜ਼ਲਟਸ ਵਿਲ ਬੀ ਮਚ ਬੈਟਰ। ਯੂ ਕੈਨ ਸੇ ਟੂ ਸਮ ਐਕਸਟੈਂਟ, ਬਟ ਮੈਂ ਇਹ ਜਿਹੜਾ ਹੈ ਨੈਕਸਸ ਬਣ ਗਿਆ ਜੀ, ਦਿਸ ਇਜ਼ ਟੋਟਲੀ ਰਾਂਗ, ਦੇਰ ਇਜ਼ ਨੋ। ਦੇਖੋ ਮੈਂ ਕਹਿ ਰਿਹਾ ਦੂਜੇ ਪਾਸੇ ਕਿ ਜਿਹੜਾ ਨੈਕਸਸ ਜਗ੍ਹਾ ਥੱਲੇ ਲੈਵਲ ਤੇ ਬਣਿਆ ਸੀ, ਇਸ ਕਰਕੇ ਤੁਹਾਨੂੰ ਸਟੈਪ ਲੈਣੇ ਪੈ ਰਹੇ। ਸਾਨੂੰ ਸੀਐਮ ਸਾਹਿਬ ਜਿਹੜਾ ਕੱਲ ਸੀਗਾ, ਡਾਇਰੈਕਸ਼ਨ ਬੜੀ ਕਲੀਅਰ ਸੀਗੀ ਜੀ ਕਿ ਜਿਹੜਾ ਮੁਲਾਜ਼ਮ ਚਾਹੇ ਕਿਸੇ ਲੈਵਲ ਤੇ ਵੀ, ਚਾਹੇ ਗੈਸਟ ਹਾਊਸ ਲੈਵਲ ਤੇ, ਚਾਹੇ ਥੱਲੇ ਐਨ ਜੀ ਓ ਲੈਵਲ ਤੇ, ਚਾਹੇ ਓਵਰ ਲੈਵਲ ਤੇ ਕੋਈ ਹੈਗਾ, ਆਈਡੈਂਟੀਫਾਈ ਸੱਚ ਪੀਪਲ। ਐਵੇਂ ਨਹੀਂ ਕਿ ਮਤਲਬ ਆਪਾਂ ਉਹ ਕਹਿੰਦੇ ਕਿ ਤੁਸੀਂ ਆਈਡੈਂਟੀਫਾਈ ਕਰੋ, ਆਲ ਐਸ ਐਸ ਪੀਸ ਹੈਵ ਬੀਨ ਡਾਇਰੈਕਟਡ ਕਿ ਤੁਸੀਂ ਆਪਣੇ ਡਿਸਟ੍ਰਿਕਟ 'ਚ ਉਹਦਾ ਸਰਵੇ ਕਰੋ, ਉਹਦਾ ਚੈੱਕ ਕਰੋ। ਅਗਰ ਕੋਈ ਐਸੇ ਮੁਲਾਜ਼ਮ ਆ ਜਾਂਦਾ, ਟੇਕ ਵੈਰੀ ਸਟ੍ਰਿਕਟ ਐਕਸ਼ਨ ਐਂਡ ਵੀਲ ਡੂ ਇਟ, ਯੂ ਵਿਲ ਸੀ ਇਨ ਕਮਿੰਗ ਡੇਜ਼। ਤੁਹਾਨੂੰ ਫਿਰ ਬੁਲਾਵਾਂਗੇ, ਤੁਹਾਨੂੰ ਫਿਰ ਪ੍ਰੈਸ ਕਾਨਫਰੰਸ ਕਰਾਂਗੇ ਤੁਹਾਡੀ ਥੋੜ੍ਹੀ ਦੇਰ ਦੇ ਬਾਅਦ। ਉਹਦੇ 'ਚ ਇਹ ਨਹੀਂ ਹੈ ਕਿ ਮਤਲਬ ਕੋਈ ਨੈਕਸਸ ਬਣ ਗਿਆ ਇਹ ਹੈ ਉਹ ਹੈ। ਮੈਂ ਵੈਸੇ ਮਨ ਮਾਨਯੋਗ ਸੀਐਮ ਸਾਹਿਬ ਦੀ ਸਟੇਟਮੈਂਟ ਨਹੀਂ ਦੇਖੀ, ਹੋ ਸਕਦਾ ਸੀਐਮ ਸਾਹਿਬ ਕਿਹਾ ਹੈ, ਹੀ ਇਜ਼ ਦੀ ਹੈਡ ਆਫ ਸਟੇਟ, ਉਹਨਾਂ ਦੀ ਸਟੇਟਮੈਂਟ ਠੀਕ ਹੋਏਗੀ, ਮੈਂ ਉਹ ਗੱਲ ਕਹੀ ਹੈ। ਬਟ ਤੁਸੀਂ ਸਮਝੋ ਕਿ ਜਿਹੜੇ ਸਾਰੀ ਜੋ ਤਬਾਦਲੇ ਹੋਣਗੇ ਇਹਦੇ ਨਾਲ ਨਸ਼ੇ ਦਾ ਲੱਕ ਟੁੱਟ ਸਕਦਾ, ਉਹਦੇ ਵਾਸਤੇ ਅਸੀਂ ਹੋਰ ਮੇਜ਼ ਲੈ ਰਹੇ ਹਾਂ। ਮੈਂ ਉਹ ਤੇ ਬਿਆਨ ਸੀ ਜਦੋਂ ਤੁਸੀਂ ਸ਼ੁਰੂ ਕਰ ਲਿਆ ਅਗਲਾ ਚੈਪਟਰ, ਮੈਂ ਤੁਹਾਨੂੰ ਦੱਸਦਾ ਕਿ ਅਸੀਂ ਹੁਣ ਤੱਕ, ਮੈਂ ਤੁਹਾਨੂੰ ਗਿਵ ਯੂ ਸਮ ਆਫ ਦੀ ਫਿਗਰਸ ਜੀ, ਇਹਨਾਂ ਨਾ ਇੱਕ ਸਾਡਾ ਜਿਹੜਾ ਸਾਡਾ ਨਾ ਪੁਲਿਸ ਇੱਕ ਅਨਫੋਰਸਟੇਡ ਸਾਡੀ ਸਿਸਟਮ ਹੈ ਕਿ ਸਾਡੇ ਮਾੜੇ ਕੰਮ ਤੇ ਛੇਤੀ ਲੋਕ ਹਾਇਰ ਕਰਦੇ ਆ, ਚੰਗਿਆਂ ਵਾਸਤੇ ਬੜਾ ਸਾਨੂੰ ਜ਼ੋਰ ਲਗਾਉਣਾ ਪੈਂਦਾ ਲੋਕਾਂ ਦੇ ਧਿਆਨ 'ਚ ਲਿਆਉਣ 'ਚ ਅਤੇ ਗੱਲ ਕਰਨ 'ਚ। ਹੁਣ ਦੇਖੋ ਤੁਹਾਨੂੰ ਮੈਂ ਦੱਸਦਾ ਕਿ 4 ਡਿਸਟ੍ਰਿਕਟ ਨੇ, ਜਿਹੜਾ ਟੋਟਲ 28 ਡਿਸਟ੍ਰਿਕਟਸ ਐਂਡ ਕਮਿਸ਼ਨਰਸ ਇਨ ਪੰਜਾਬ। ਪਰ ਮੈਂ ਚਾਰਾਂ ਦੀ ਫਿਕਰ ਦੱਸਦਾ ਕਿ ਅਸੀਂ ਹੁਣ ਤੱਕ ਬਾਰਡਰ ਰੇਂਜ 'ਚ 1 ਜਨਵਰੀ 2024 ਤੋਂ ਅਸੀਂ 304 ਕੇਸ ਰਜਿਸਟਰ ਕਰ ਚੁੱਕੇ ਹਾਂ, 410 ਬੰਦੇ ਅਰੈਸਟ ਕਰ ਚੁੱਕੇ ਹਾਂ, ਔਰ 125 ਕਿਲੋ ਤੋਂ ਵੱਧ ਅਸੀਂ ਹੀਰੋਇਨ ਬਰਾਮਦ ਕਰ ਚੁੱਕੇ ਹਾਂ, ਜਿਹੜੀ ਲਾਸਟ ਈਅਰ ਤੋਂ ਨਾਲੋਂ ਜ਼ਿਆਦਾ ਹੈਗੀ ਹੈ। ਮੀਨਸ ਕਿ ਅਸੀਂ ਸਮੀਲੀ ਵਨ ਬਾਏ ਵਨ ਚੱਲਦੇ ਹਾਂ। ਪਹਿਲੇ ਮੈਨੂੰ ਮੇਨ ਕੁਐਸਚਨ ਦਾ ਜਵਾਬ ਦੇ ਦਿਓ, ਫਿਰ ਤੁਸੀਂ ਸਪੈਸਿਫਿਕ ਜਿੰਨੇ ਮਰਜ਼ੀ ਕਰ ਲਿਓ। ਯੂ ਆਰ ਫ੍ਰੀ ਟੂ ਸ਼ੂਟ ਐਂਡ ਆਮ ਫ੍ਰੀ, ਆਈ ਵਿਲ ਬੀ ਹੈਪੀ ਟੂ ਆਨਸਰ ਐਵਰੀਥਿੰਗ ਇਟ ਹੈਵ। ਸੋ 125 ਕਿਲੋ ਤੋਂ ਵੱਧ ਅਸੀਂ ਹੀਰੋਇਨ ਬਰਾਮਦ ਕੀਤੀ ਹੈ ਜੀ, 80 ਕਿਲੋ ਅਸੀਂ ਪੋਪੀਅਸ ਬਰਾਮਦ ਕੀਤੀ ਹੈ ਜੀ, 6 ਕਿਲੋ ਓਪੀਅਮ ਦੇ ਸੋਨ ਆਲ ਗਿਵ ਯੂ ਆਲ ਦਿਸ। ਤੁਹਾਡੇ ਸਾਹਮਣੇ ਅਸੀਂ ਬਹੁਤ ਸਾਰੇ ਕੈਸੋਸ ਚਲਾਏ, ਅਸੀਂ ਟਾਈਮ ਟੂ ਟਾਈਮ ਜਦੋਂ ਮੈਂ ਆਇਆ ਬਾਰਡਰ ਰੇਂਜ, ਐਵਰੀ ਥਰਡ ਡੇ ਆਈ ਹੈਵ ਡਨ ਕੈਸੋ ਇਨ ਆਲ 4 ਡਿਸਟ੍ਰਿਕਟਸ ਐਂਡ ਦੇ ਵਰ ਵੈਰੀ ਵੈਲ ਐਪਰੀਸ਼ੀਏਟਡ। ਤੁਹਾਡੇ ਦੋਸਤਾਂ ਨੇ, ਤੁਸੀਂ ਸਾਰਿਆਂ ਨੇ ਬੜਾ ਸਾਨੂੰ ਹਾਈਲਾਈਟ ਕੀਤਾ, ਆਈ ਐਮ ਥੈਂਕਫੁਲ ਟੂ ਦੈਟ, ਥੈਂਕਫੁਲ ਟੂ ਆਲ ਆਫ ਯੂ ਫੋਰ ਦੈਟ ਆਲਸੋ।
ਸੋ ਅਸੀਂ ਦੇਖੋ 125 ਕਿਲੋ ਅਸੀਂ ਹੀਰੋਇਨ ਪਕੜ ਲਈ ਅਸੀਂ ਇਹਦੇ ਨਾਲ ਇੱਕ ਨਾ ਬੜਾ ਇੰਪੋਰਟੈਂਟ ਕੰਮ ਅਸੀਂ ਕਰ ਰਹੇ ਹਾਂ ਜਿਹੜਾ ਅਨਫੋਰਚੁਨੇਟਲੀ ਮੀਡੀਆ 'ਚ ਹਾਈਲਾਈਟ ਨਹੀਂ ਹੋ ਰਿਹਾ ਔਰ ਇਹ ਕੱਲ੍ਹ ਮਾਨਯੋਗ CM ਸਾਹਿਬ ਨੇ ਵੀ ਇਸ ਦਾ ਨੋਟਿਸ ਲਿਆ, ਡੀ ਸਾਹਿਬ ਨੇ ਸਾਨੂੰ ਦੱਸਿਆ। ਇੱਕ ਸੈਕਸ਼ਨ ਆ 68F, ਜੇ ਤੁਹਾਡੇ ਜੋ ਜਾਣਦੇ ਹੋਣ ਸਾਰੇ, ਦਿਸ ਇਜ਼ ਆਫ NDPA ਸੈਕਸ਼ਨ। NDPA ਸੈਕਟ ਦੇ ਤਹਿਤ ਇੱਕ 68F ਸੈਕਸ਼ਨ ਆ ਜਿਹਦੇ ਅੰਦਰ ਸਾਨੂੰ ਔਰ ਹੋਰ ਏਜੰਸੀਜ਼ ਨੂੰ ਅੰਪਾਵਰ ਕੀਤਾ ਗਿਆ ਹੈਗਾ ਕਿ ਜਿਹੜਾ ਵੀ ਕੋਈ ਨਸ਼ੇ ਦਾ ਸੌਦਾਗਰ, ਕੋਈ ਸਮਗਲਰ, ਕੋਈ ਪੈਡਲਰ ਅਗਰ ਇਸ ਪਾਪ ਦੀ ਕਮਾਈ ਰਾਹੀਂ ਕੋਈ ਜ਼ਮੀਨ ਜਾਇਦਾਦ ਅਕਵਾਇਰ ਕਰਦਾ, ਕੁਛ ਪੈਸੇ ਆਪਣੇ ਬੈਂਕਸ ਇਕੱਠੇ ਕਰਦਾ, ਕੁਛ ਹੋਰ ਕਰਦਾ, ਅਤੇ ਉਹਦੇ ਖਿਲਾਫ ਜਿਹੜੀ ਕਿ ਠੋਸ ਕਾਰਵਾਈ ਕੀਤੀ ਜਾਵੇ ਔਰ ਉਹਦੀ ਇੱਕ ਲੀਗਲ ਫਾਰਮੈਲਿਟੀਜ਼ ਹੈਗੀਆਂ ਪੂਰੀਆਂ ਕਰਕੇ, ਉਹਦਾ ਸਾਰਾ ਰਿਕਾਰਡ ਡਾਟਾ ਇਕੱਠਾ ਕਰਕੇ ਉਹਦੀ ਉਹ ਪ੍ਰੋਪਰਟੀ ਫਰੀਜ਼ ਕੀਤੀ ਜਾਵੇ। ਤੋ ਹੁਣ ਤੱਕ ਅਸੀਂ 35 ਇਹੋ ਜਿਹੇ ਸਮਗਲਰਾਂ ਦੇ ਖਿਲਾਫ, ਅਸੀਂ 35 ਸਮਗਲਰ ਖਿਲਾਫ ਅਸੀਂ 12,63,10,000 ਦੀ ਜਿਹੜੀ ਪ੍ਰੋਪਰਟੀ ਹੈ, ਚਾਹੇ ਐਗਰੀਕਲਚਰ ਲੈਂਡ, ਚਾਹੇ ਨੋਰਮਲ ਲੈਂਡ, ਚਾਹੇ ਘਰ ਬਣਾਏ ਉਹਨਾਂ ਨੇ, ਚਾਹੇ ਬੈਂਕਾਂ 'ਚ ਪੈਸੇ ਨੇ, ਅਸੀਂ ਹੁਣ ਤੱਕ ਉਹ ਫਰੀਜ਼ ਕਰ ਚੁੱਕੇ ਹਾਂ। ਮਤਲਬ ਸਾਨੂੰ ਕੰਪੀਟੈਂਟ ਅਥਾਰਟੀ, ਅਸੀਂ ਆਪਣੀ ਲੀਗਲ ਫਾਰਮੈਲਿਟੀਜ਼ ਸਾਰੀਆਂ ਪੂਰੀਆਂ ਕਰਕੇ 12,63,10,000, ਠੀਕ ਹੈ ਜੀ। ਇਸ ਤੋਂ ਇਲਾਵਾ ਜਿਹੜੀਆਂ ਅਸੀਂ ਪ੍ਰਪੋਜ਼ਲਸ ਹੁਣ ਤੱਕ ਭੇਜੀ ਦੀਆਂ ਫੋਰ ਅਪਰੂਵਲ ਵਿਦ ਦੀ ਕੰਪੀਟੈਂਟ ਅਥਾਰਟੀ ਐਟ ਦਿੱਲੀ, ਸਾਡੀ 17,41,78,000 ਦੇ ਕਰੀਬ ਜਿਹੜਾ ਸਾਡਾ ਅਮਾਊਂਟ ਆ, ਉਹ ਸਾਡੀਆਂ ਪ੍ਰਪੋਜ਼ਲਸ ਪੈਂਡਿੰਗ ਵੀ ਨੇ ਐਂਡ ਵੀ ਆਰ ਐਕਸਪੈਕਟਿੰਗ ਸਾਨੂੰ ਜਲਦੀ ਇਹ ਸਾਰਾ ਅਪਰੂਵਲ ਆ ਜਾਣਗੀਆਂ। ਉਹਦੇ ਬਾਅਦ ਅਸੀਂ ਬਕਾਇਦਾ ਉਹਨਾਂ ਦੇ ਘਰਾਂ ਦੇ ਨੋਟਿਸ ਪੇਸ਼ ਕਰਕੇ ਸਭ ਕੁਛ ਕਰਕੇ ਅਸੀਂ ਉਹ ਵੀ ਫ੍ਰੀਜ਼ ਕਰਾਂਗੇ। ਸੋ 4 ਡਿਸਟ੍ਰਿਕਟ 'ਚ ਅਸੀਂ ਹੁਣ ਤੱਕ ਤਕਰੀਬਨ 30 ਕਰੋੜ ਦੀ ਪ੍ਰੋਪਰਟੀ ਅਸੀਂ ਆਈਡੈਂਟੀਫਾਈ ਕਰਕੇ, ਲੀਗਲ ਫਾਰਮੈਲਿਟੀਜ਼ ਪੂਰੀਆਂ ਕਰਕੇ, ਸਾਰਾ ਰਿਕਾਰਡ ਇਕੱਠਾ ਕਰਕੇ, ਵੀ ਹੈਵ ਮੇਡ ਦੀ ਕੇਸਿਸ, ਸਟਰੋਂਗ ਕੇਸਿਸ ਐਂਡ ਵੀ ਹੈਵ ਸੈਂਡ ਇਟ ਟੂ ਦੀ ਕੰਪੀਟੈਂਟ ਅਥਾਰਟੀ। 17,5 ਕਰੋੜ ਦੀਆਂ ਅਪਰੂਵਲਸ ਆ ਗਈਆਂ, 17.5 ਕਰੋੜ ਦੀਆਂ ਅਪਰੂਵਲਸ ਆ ਗਈਆਂ ਔਰ 12,5 ਕਰੋੜ ਤੋਂ ਉੱਪਰ ਦੀ ਸਾਨੂੰ ਅਪਰੂਵਲਸ ਆ ਗਈਆਂ ਔਰ 17.5 ਕਰੋੜ ਦੇ ਕਰੀਬ ਜਿਹੜੀ ਹੈਗੀ ਹੈ। 35 ਸਮਗਲਰਸ ਇਨ ਦੀ ਰੇਂਜ ਸੋ ਫਾਰ। ਤੋ ਯੂ ਕੈਨ ਇਮੇਜਿਨ ਕਿ ਸਾਰੀ ਸਟੇਟ ਚੋਂ ਕੱਲ੍ਹ ਡੀਪ ਸਾਹਿਬ ਸਾਨੂੰ ਦੱਸ ਰਹੇ ਸੀਗੇ ਕਿ ਮੋਰ ਦੈਨ 200 ਕਰੋੜ, 200 ਕਰੋੜ ਤੋਂ ਵੱਧ ਦੀ ਜਿਹੜੀ ਸਮਗਲਰਾਂ ਦੀ ਪ੍ਰੋਪਰਟੀ ਹੈ ਸਾਨੂੰ ਸਾਡੇ ਮਾਨਯੋਗ ਡੀਪ ਸਾਹਿਬ ਦੱਸ ਰਹੇ ਸੀਗੇ ਸਾਡੀ ਆਪਣੀ ਮੀਟਿੰਗ 'ਚ ਕਿ ਅਸੀਂ ਜ਼ਬਤ ਕਰ ਚੁੱਕੇ ਹਾਂ ਪੰਜਾਬ ਹੁਣ ਤੱਕ, ਅਤੇ ਮੈਨੂੰ ਲੱਗਦਾ ਇੰਨੀਆਂ ਕੀ ਪ੍ਰਪੋਜ਼ਲਾਂ ਹੋਰ ਪੈਂਡਿੰਗ ਪਈਆਂ ਹੋਣੀਆਂ। ਏਮ ਇਹੀ ਆ ਕਿ ਜਿਹੜਾ ਬੰਦਾ ਇਸ ਪਾਪ ਦੀ ਕਮਾਈ ਨੂੰ ਕਰਦਾ ਉਹਨੂੰ ਇਹ ਸਮਝ ਆਉਣੀ ਚਾਹੀਦੀ ਹੈ ਕਿ ਮੈਂ ਜੋ ਮਰਜ਼ੀ ਕਰਦਾ, ਜਿਵੇਂ ਮਰਜ਼ੀ ਕਰਦਾ, ਮੈਨੂੰ ਇਹ ਮੇਰੇ ਪੈਸੇ ਮੇਰੇ ਕੋਲ ਨਹੀਂ ਰਹਿਣੇ, ਮੈਂ ਲੋਕਾਂ ਦੇ ਘਰ ਬਰਬਾਦ ਕਰਕੇ ਜਾਂ ਮੈਂ ਗਲਤ ਤਰੀਕੇ ਨਾਲ ਪੈਸੇ ਇਕੱਠੇ ਕਰਕੇ ਅਗਰ ਮੈਂ ਆਪਣੇ ਬੱਚਿਆਂ ਵਾਸਤੇ ਕੁਛ ਜਾਇਦਾਦ ਵੀ ਬਣਾ ਲਈ, ਪੈਸੇ ਬਣਾ ਲਏ, ਤਾਂ ਉਹ ਵੀ ਬਰਬਾਦ ਹੀ ਹੋਣੇ ਆ, ਉਹ ਮੈਂ ਵੀ ਨਹੀਂ ਖਰਚ ਰਿਹਾ, ਮੇਰੇ ਬੱਚਿਆਂ ਨੂੰ ਨਹੀਂ ਖਰਚ ਰਿਹਾ। ਦਿਸ ਵਿਲ ਗੋ ਬੈਕ ਟੂ ਦੀ ਸਟੇਟ, ਇਟ ਵਿਲ ਨਾਟ ਵਿਨ ਵਿਦ ਦੈਟ। ਡਰੋਨਸ ਦੇਖੋ BSF ਨਾਲ ਸਾਂਝੇ ਆਪਰੇਸ਼ਨ ਕਰਦੇ ਹਾਂ, ਉਹ ਵੀ ਤੁਹਾਨੂੰ ਆਪਣੀਆਂ ਫਿਕਰਾਂ ਦੇ ਰਹੇ, ਪਰ ਮੈਂ ਦੱਸਣਾ ਕਿ ਅਸੀਂ ਹੁਣ ਤੱਕ 35 ਡਰੋਨਸ ਇਸ ਸਾਲ ਪੰਜਾਬ ਪੁਲਿਸ ਬਾਰਡਰ ਰੇਂਜ 'ਚ ਰਿਕਵਰ ਕਰ ਚੁੱਕੀ ਹੈ। 35 ਡਰੋਨਸ, ਕਈ ਡਰੋਨਸ ਦੇ ਨਾਲ ਸਾਨੂੰ ਹੀਰੋਇਨ ਲਾਉਂਦ ਹੋਈ ਹੈ, ਜਿਹੜੀ ਫਿਕਰ ਤੁਹਾਨੂੰ ਪਹਿਲੇ ਦਿੱਤੀ ਆ, ਕਈ ਸਾਨੂੰ ਵੈਸੇ ਡਰੋਨਸ ਮਿਲਣੇ। ਕੁਛ ਦਿਨ ਪਹਿਲੇ ਤੁਹਾਨੂੰ ਦੱਸ ਰਿਹਾ, ਇੰਟਰਸਟਿੰਗ ਆ, ਡਰੋਨ ਵਾਸ ਫਲਾਇੰਗ, ਸਾਡੀ ਅਲਰਟ ਪੁਲਿਸ ਪਾਰਟੀ ਸੀਗੀ, ਉਹਨੇ ਹੀ ਉਹਨੂੰ ਮਤਲਬ ਸਿੰਪਲ ਵੇ 'ਚ ਉਹਨੂੰ ਪੱਥਰ ਮਾਰ ਕੇ ਥੱਲੇ ਸੁੱਟ ਲਿਆ ਐਂਡ ਵੀ ਰਿਕਵਰ 1/2 kg ਆਫ ਹੀਰੋਇਨ ਫਰੋਮ ਦੈਟ। ਇਹਦੇ ਨਾਲ ਨਾਲ ਜੋ ਆ ਰਹੇ ਨੇ ਬਾਕੀ ਆਪਣੇ
weapons we are running. So border range is doing pretty well on the arms front also, arms recovery front also, illegal arms. ਹੁਣ ਤੱਕ ਅਸੀਂ 100 ਦੇ ਕਰੀਬ ਪਿਸਟਲ ਪਿਛਲੇ ਹਜੇ ਕੋਈ 6 ਮਹੀਨੇ ਨਹੀਂ ਹੋਏ, 6-30 ਜੂਨ ਨੂੰ ਜਾ ਕੇ ਸਾਨੂੰ 6 ਮਹੀਨੇ ਹੋਣੇ, 100 ਦੇ ਕਰੀਬ ਅਸੀਂ ਪਿਸਟਲ ਜਿਹੜੇ ਆ ਅਸੀਂ ਬਰਾਊਂਡ ਕੀਤੇ ਆ, 100-4 ਅਸੀਂ ਰਿਵਾਲਵਰ ਬਰਾਊਂਡ ਕੀਤੇ ਆ, 3 ਰਾਈਫਲਾਂ, 74 ਮੈਗਜ਼ੀਨਸ ਔਰ 470 ਅਸੀਂ ਰਾਊਂਡ ਜਿਹੜੇ ਆ ਅਸੀਂ ਰਿਕਵਰ ਕੀਤੇ ਆ। ਰਾਈਫਲ 12 ਬੋਰ, 315 ਬੋਰ ਲਾਈਕ ਦੈਟ ਜਿਹੜੀਆਂ ਹੈਗੀਆਂ। ਡਰੋਨ ਰਾਹੀਂ ਤਾਂ ਮੋਸਟਲੀ ਪਿਸਟਲ ਜਾਂਦੇ ਆ, ਪਿਸਟਲ ਦਾ ਕੰਮ ਇਹ ਅਸੀਂ ਬਾਕੀ ਜਿਹੜੇ ਕਈਆਂ ਲੋਕਾਂ ਕੋਲੋਂ ਹੈਗੇ ਅਸੀਂ ਹੋਰ ਕਵਰ ਕੀਤੀ। 100 ਦੇ 100 ਵੀ ਜਿਹੜੇ ਡਰੋਨ ਰਾਹੀਂ ਨਹੀਂ ਆਏ, ਇਹਨਾਂ ਕੁਛ ਜਿਹੜੇ ਹੈਗੇ ਜਿਵੇਂ ਮੱਧ ਪ੍ਰਦੇਸ਼ ਤੋਂ ਆਉਂਦੇ ਆ, ਬਾਕੀ ਥਾਵਾਂ ਤੋਂ ਆਉਂਦੇ ਆ, ਉਹ ਵੀ ਅਸੀਂ ਕਵਰ ਕੀਤੇ ਆ ਇਨ ਡਿਫਰੈਂਟ ਓਪਰੇਸ਼ਨਸ। ਮੇਰਾ ਸਿਰਫ ਧਾਰਨਾ ਇਹ ਸਾਰਾ ਡਾਟਾ ਸ਼ੇਅਰ ਕਰਨ ਦਾ, ਸਾਰੀ ਫਿਗਰਸ ਸ਼ੇਅਰ ਕਰਨ ਦਾ ਇੱਕੋ ਇੱਕ ਮਕਸਦ ਆ ਕਿ ਇਟ ਇਜ਼ ਨੋਟ ਦੈਟ ਕਿ ਪੰਜਾਬ ਪੁਲਿਸ ਜਿਹੜੀ ਆ ਕੰਮ ਨਹੀਂ ਕਰ ਰਹੀ ਜਾਂ ਡਰੱਗਸ ਦੇ ਉੱਪਰ ਸਾਡੀ ਰਿਕਵਰੀਜ਼ ਨਹੀਂ ਹੋ ਰਹੀਆਂ। ਵੀ ਆਰ ਡੂਇੰਗ ਪ੍ਰੀਟੀ ਵੈਲ। ਤੁਸੀਂ ਦੇਖੋ ਕਿ 30 ਕਰੋੜ ਦੀ ਪ੍ਰੋਪਰਟੀ ਅਸੀਂ ਜ਼ਬਤ ਕਰ ਲਈ, ਠੀਕ ਹੈ ਜੀ, 125 ਕਿਲੋ ਅਸੀਂ ਹੀਰੋਇਨ ਬਰਾਮਦ ਕਰ ਲਈ, 110 ਦੇ ਕਰੀਬ ਅਸੀਂ ਵੈਪਨ ਬਰਾਮਦ ਕਰ ਲਏ, 35 ਡਰੋਨਸ ਅਸੀਂ ਰਿਕਵਰ ਕਰ ਲਏ। ਸੋ ਇਹ ਸਾਰਾ ਤਾਂ ਹੀ ਆ। ਇਸ ਤੋਂ ਇਲਾਵਾ ਪੋਲਿਸੀ ਹੈਜ਼ ਬਿਨ ਮੇਡ ਬਾਏ ਆਵਰ ਵਰਦੀ DGP ਸਾਹਿਬ ਐਂਡ ਅਦਰ ਸੀਨੀਅਰ ਆਫਿਸਰਸ। ਤੁਸੀਂ ਦੇਖੋਗੇ ਇਹ ਜਿਹੜੇ ਪ੍ਰੈਸ਼ਰ ਆ, ਜਿਹੜਾ ਸਿਸਟਮ ਹੈਗਾ, ਇਹ ਕੰਟੀਨਿਊ ਕਰੇਗਾ। ਕੰਸਿਸਟੈਂਟ ਅਸੀਂ ਆਪਣੀ ਐਫਰਟਸ ਕਰ ਰਹੇ ਹਾਂ, ਲਗਾਤਾਰ ਇਹ ਕੈਸੋ ਸਾਡੇ ਚੜ੍ਹਨਗੇ ਜਿਹੜੇ ਹੈਗੇ, ਔਰ ਜਿਹੜੇ ਹੌਟਸਪੋਟਸ ਜਿੱਥੇ ਸਾਨੂੰ ਲੱਗਦਾ ਡਰੋਨ ਡਰੋਪਿੰਗਸ ਹੁੰਦੀ ਆ ਜਾਂ ਜ਼ਿਆਦਾ ਪੁਆਇੰਟ ਆਫ ਸੇਲ ਨੇ, ਉਹਨਾਂ 'ਤੇ ਅਸੀਂ ਕਾਫੀ ਦਬਿਸ਼ ਦੇ ਰਹੇ ਹਾਂ। ਜਿਵੇਂ ਡੀਡੇ ਸੀਗਾ, ਡੈਸ 3 ਹੋਈ ਆ, ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ ਡਿਟੇਲਸ, ਮੀਡੀਆ 'ਚ ਇਹੀ ਰਿਪੋਰਟ ਆਇਆ ਕਿ ਡੈਸ ਡਿਊ ਟੂ ਡਰੱਗ ਓਵਰਡੋਸ, ਦੇਰ ਆਰ ਅਦਰ ਥਿੰਗਸ ਆਲਸੋ, ਬਟ ਐਨੀਵੇ ਆਈ ਐਕਸੈਪਟ ਦੈਟ ਮੇਰੇ ਏਰੀਆ 'ਚ 3 ਡੈਸ ਹੋਈਆਂ। ਵੀ ਐਕਸੈਪਟਡ ਐਜ਼ ਅ ਚੈਲੰਜ। ਅਸੀਂ ਲਗਾਤਾਰ ਉੱਥੇ ਪ੍ਰੈਸ਼ਰ ਬਣਾਇਆ ਦਾ ਹੈਗਾ, ਜਿਹੜੇ ਸਮਗਲਰਸ ਨੇ ਉਹ ਘਰ ਛੱਡ ਕੇ ਉੱਥੋਂ ਦੌੜ ਗਏ ਨੇ। 17 ਬੰਦੇ ਜਿਹੜੇ ਨੋਨ ਸੀਗੇ, ਅਸੀਂ 17 ਬੰਦਿਆਂ ਖਿਲਾਫ ਉੱਥੇ 304 ਦਾ ਅਸੀਂ ਪਰਚਾ ਦਰਜ ਕੀਤਾ ਹੈਗਾ ਸੀ, 5 ਅਸੀਂ ਅਰੈਸਟ ਕਰ ਲਏ, ਬਾਕੀ ਦੀ ਪਾਰਟੀਜ਼ ਆਰ ਰੇਡਿੰਗ ਪਲੇਸਿਸ ਕੰਸਿਸਟੈਂਟਲੀ। ਡੇਲੀ ਉੱਥੇ ਪੁਲਿਸ ਫੋਰਸ ਜਾ ਰਹੀ ਹੈ, ਡੇਲੀ ਅਸੀਂ ਉੱਥੇ ਪ੍ਰੈਜੈਂਸ ਰੱਖੀ ਹੈ। ਇਸ ਤਰ੍ਹਾਂ ਜਿਹੜੇ ਸਾਡੇ ਕੁਛ ਹੋਰ ਸਾਡੇ ਏਰੀਆ ਨੋਨ ਨੇ, ਆਈ ਹੈਵ ਬੀਨ ਆਲਸੋ ਗੈਟਿੰਗ ਰਿਪੋਰਟਸ ਕਿ ਤੁਹਾਡੇ ਇੱਥੇ ਵੀ ਸੇਲ ਹੋਏਗੀ, ਮਾੜੀ ਮੋਟੀ ਜੀ ਇੱਥੇ ਵੀ ਹੈਗੀ ਹੈ ਜੀ। ਇਹ ਟ੍ਰਾਂਸਫਰਸ ਵੀ ਤੁਸੀਂ ਕਹੋ, ਅਸੀਂ ਤਾਂ ਸ਼ੁਰੂ ਕੀਤੇ, ਵੀ ਕੈਨ ਪੁੱਟ ਨਿਊ ਫੇਸਿਸ, ਕਿ ਅਸੀਂ ਨਵੇਂ ਚੌਕੀ ਜਾਂ ਨਵੇਂ ਐਸਟੋ ਲਗਾਈਏ, ਸਿਸਟਮ ਨੂੰ ਦੁਬਾਰਾ ਚੁਸ ਫੁਸ ਕਰੀਏ। ਇਹ ਕੋਈ ਪਨਿਸ਼ਮੈਂਟ ਨਹੀਂ ਹੈ, ਇਹ ਕੰਮ ਨਹੀਂ ਕਰਦੇ ਬੋਲਦੇ ਉਹਨੂੰ, ਉਹਨਾਂ ਨੂੰ ਕੁਛ ਰਿਐਕਸ਼ਨ ਟ੍ਰਾਂਸਫਰ ਹੋਏ ਸੀਗੀਆਂ, ਦੇ ਵਟ ਵੀ ਰਿਵਰਟਡ ਬੈਕ। ਉਹ ਵਿਚਾਰੇ ਮੁਲਾਇਮ ਗਏ ਸੀ, ਮੁਲਾਇਮ ਰੋਜ਼ ਪੇਸ਼ ਹੁੰਦੇ ਆ, ਮੈਨੂੰ ਤਕਰੀਬਨ 25 ਤੋਂ 50 ਮੁਲਾਇਮ ਰੋਜ਼ ਆ ਕੇ ਮਿਲਦੇ ਆ। ਡੇਲੀ ਆਈ ਨੋਟ ਦੀਆਂ ਫਿਗਰਸ, ਡੇਲੀ ਆਈ ਗੈਟ ਦੀਆਂ ਰਿਕੁਐਸਟ ਐਂਡ ਦੈਨ ਇਨ ਡਿਊ ਕੋਰਸ ਐਸ ਪਰ ਦੀ ਪਾਲਿਸੀ ਫਰੇਮ ਅਸੀਂ ਉਹਨੂੰ ਅਕਸੈਪਟ ਕਰ ਰਹੇ ਹਾਂ। ਅਸੀਂ ਉਹਨੂੰ ਕਰ ਰਹੇ ਕੋਈ ਗੈਪ ਨਾ ਸੀਡੀਅਰ ਨਾ ਹੈ ਨਾ ਹੋਏਗਾ। ਸਾਡੀ ਇੱਕ ਬੜੀ ਹਰਾਰਕੀ ਹੈ ਯਾਰ, ਇਟ ਇਜ਼ ਦੀ ਓਨਲੀ ਫੋਰਸ ਯੂ ਵਿਲ ਸੀ ਕਿ ਸਾਡਾ ਬੜਾ ਕਲੋਜ ਨਿਟ ਸਿਸਟਮ ਆ। ਕਾਂਸਟੇਬਲ ਉੱਪਰ ਹੈਡ ਕਾਂਸਟੇਬਲ, ਹੈਡ ਕਾਂਸਟੇਬਲ ਉੱਪਰ ASI, ASI ਦੇ ਉੱਪਰ ਸਬ ਇੰਸਪੈਕਟਰ, ਸਬ ਉੱਪਰ ਇੰਸਪੈਕਟਰ, ਇੰਸਪੈਕਟਰ ਦੇ ਉੱਪਰ DSP, DSP ਉੱਪਰ SP, ਦੈਨ SSB ਐਂਡ ਸੋ ਔਨ ਫਰਦਰ ਟਿਲ ਦੀ ਵਰਦੀ DGP ਸਾਹਿਬ। ਅਸੀਂ ਡੇਲੀ ਆਪਣੀ ਫੋਰਸਾਂ ਮਿਲਦੇ ਹਾਂ। ਇੱਕ ਕੈਸਟੋ ਜਿਹੜਾ ਆਉਂਦਾ ਉਹਦੇ ਅੰਡਰ ਕਾਂਸਟੇਬਲ ਵੀ ਆ, ਉਹਦੇ ਅੰਡਰ ਹੈਡ ਕਾਂਸਟੇਬਲ ਨੇ, ਉਹਦੇ ਅੰਡਰ NGOs ਵੀ ਨੇ। ਤੋ ਡੇਲੀ ਉਹ ਜਿਹੜਾ ਮਿਲਦਾ ਜਾਂ ਡੇਲੀ ਉਹ ਗੱਲ ਕਰਦਾ। ਹਾਂ, ਪ੍ਰੈਸ਼ਰ ਬਹੁਤ ਆਈ, ਆਈ ਡੂ ਐਗਰੀ। ਸਟਰੈਂਥ ਸਾਨੂੰ ਥੋੜ੍ਹੀ ਜਿਹੀ ਸਾਡੀ ਡਿਪਲੀਟ ਹੋਈ ਹੈ,
ਉਹੀ ਕੱਲ੍ਹ ਮੈਂ ਮਤਲਬ ਮਾਨਯੋਗ ਸੀ ਐਮ ਸਾਹਿਬ ਨੇ ਸਾਨੂੰ ਇਸ਼ੋਰ ਕੀਤਾ ਕਿ ਤਕਰੀਬਨ 10,000 ਤੋਂ, ਤੁਸੀਂ ਤਾਂ ਸਟੇਟਮੈਂਟ ਸੁਣੀ ਉਹਨਾਂ ਦੀ ਵੀ 10,000 ਤੋਂ ਉੱਪਰ ਅਸੀਂ ਹੈਗੇ ਆ ਮੁਲਾਇਮ ਨਵੇਂ ਭਰਤੀ ਕਰਾਂਗੇ ਇਸ ਸਾਲ, ਔਰ ਉਹ ਸਾਨੂੰ ਨਫਰੀ ਮਿਲ ਜਾਂਦੀ ਹੈ ਤਾਂ ਤੁਹਾਡੀ ਕਾਫ਼ੀ ਸਮੱਸਿਆ ਹੱਲ ਹੋ ਜਾਂਦੀ। ਇਹ ਵੀ ਕੱਲ੍ਹ ਡਿਸਕਸ ਹੋਇਆ ਜੀ ਡੀ ਜੀ ਸਾਹਿਬ ਮੀਟਿੰਗ ਵਸੀਮ ਸਾਹਿਬ ਦੀ ਕਿ ਅਸੀਂ ਉਹਨਾਂ ਸੈਂਟਰਸ ਨੂੰ ਵੀ ਠੀਕ ਕਰ ਰਹੇ ਹਾਂ। ਉਹ ਅੱਜ ਮੇਰੇ ਖਿਆਲ ਅੱਜ ਇਹ ਵੀ ਸਟੇਟ ਲੈਵਲ ਦੀ ਮੀਟਿੰਗ ਸੀਗੀ ਉੱਥੇ ਇਸੇ ਇਸ਼ੂ ਸੇ, ਹੈਲਥ ਡਿਪਾਰਟਮੈਂਟ ਦੀ, ਪੁਲਿਸ ਦੀ, ਬਾਕੀਆਂ ਦੀ, ਜਿੱਥੇ ਜੇ ਉਹ 'ਚ ਕੋਈ ਉਨਤਾਈਆਂ ਜਾਂ ਕਮੀਆਂ ਨਜ਼ਰ ਆ ਰਹੀਆਂ ਤਾਂ ਉਹ ਵੀ ਜਿਹੜੇ ਸਿਸਟਮ ਨੇ, ਦੇਖੋ ਮਾਨਯੋਗ ਸੀ ਐਮ ਸਾਹਿਬ ਦਾ ਮੰਡੇਟ ਬੜਾ ਕਲੀਅਰ ਹੈ ਯਾਰ, ਉਹਨਾਂ ਦਾ ਬੜਾ ਕਲੀਅਰ ਸਾਨੂੰ ਡਾਇਰੈਕਸ਼ਨ ਨੇ ਕਿ ਨਸ਼ਿਆਂ ਨੂੰ ਠੱਲ ਪਾ ਦਿਓ, ਜੇ ਕਿਤੇ ਮਾੜੀ ਮੋਟੀ ਕੋਈ ਸ਼ਿਕਾਇਤ ਜਾਂ ਕਿਤੇ ਗੱਲ ਹੈਗੀ ਹੈ ਤਾਂ ਉਹ ਇਹ 'ਚ ਕਈ ਗੱਲਾਂ ਨੇ ਕਿ ਨਸ਼ਾ ਪਾਕਿਸਤਾਨ ਦੇ ਬਾਰਡਰ ਬਾਹਰੋਂ ਆਉਂਦਾ ਕਿ ਅਦਰ ਸਟੇਟਸ ਵਾਲੇ, ਆਈ ਵਿਲ ਨੋਟ ਲਾਈਕ ਟੂ ਗੋ ਇਨ ਟੂ ਦੋਜ਼ ਕਾਇੰਡ ਆਫ ਡਿਟੇਲਸ, ਦੈਟ ਇਜ਼ ਨੋਟ ਮਾਈ ਡੋਮੇਨ, ਮੇਰਾ ਕੰਮ ਨਹੀਂ ਉਹਨਾਂ ਬਾਰੇ ਕਮੈਂਟ ਕਰਦਾ। ਬਟ ਵਨ ਥਿੰਗ ਆਈ ਕੈਨ ਅਸ਼ਿਓਰ ਯੂ ਔਨ ਪਾਰਟ ਆਫ ਦੀ ਬਾਰਡਰ ਪੁਲਿਸ ਐਂਡ ਪੰਜਾਬ ਪੁਲਿਸ ਕਿ ਅਸੀਂ ਆਪਣੀ ਰੇਂਜ 'ਚ ਅਸੀਂ ਸਾਡੀ ਜ਼ੀਰੋ ਟੋਲਰੈਂਸ ਪੋਲਿਸੀ ਹੈ ਅਗੇਂਸਟ ਦੀ ਡਰੱਗਸ, ਅਸੀਂ ਉਸ ਵਾਸਤੇ ਵਚਨਬੱਧ ਹਾਂ, ਪੂਰਾ ਜ਼ੋਰ ਆਪਣਾ ਲਗਾ ਦਿਆਂਗੇ ਟੂ ਇਨਸ਼ੋਰ ਕਿ ਇਹ ਜਿਹੜਾ ਕੁਰੀਤੀ ਹੈ ਪੰਜਾਬ ਸਮਾਜ 'ਚੋਂ ਇਹ ਦੂਰ ਹੋਏ, ਜਿਹੜਾ ਡਰੱਗ ਦਾ ਵਿਨਾਸ ਆ ਇਹ ਘਟੇ, ਜਿਹੜੇ ਘਰ ਕਈ ਬਰਬਾਦ ਹੋ ਗਏ ਨੇ ਜਾਂ ਆਉਣ ਵਾਲੇ ਸਮੇਂ 'ਚ ਹੋ ਸਕਦੇ ਨੇ, ਅਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਅੱਛਾ, ਦੇ ਆਰ ਸਟਿਲ ਡੂਇੰਗ ਅ ਵੈਰੀ ਗੁੱਡ ਜੋਬ। ਦੇਖੋ ਜਿਵੇਂ ਪਿੱਛੇ ਹੁਣ ਜੰਮੂ 'ਚ ਜੰਮੂ ਜਾਂ ਕਠੂਆ ਸਾਈਡ ਦੇ ਕੁਛ ਇੰਸੀਡੈਂਟ ਹੋਏ, ਤੋ ਅਸੀਂ ਉਹ ਆਪਣੀ ਕਮੇਟੀਜ਼ ਨੂੰ ਦੁਬਾਰਾ ਐਕਟੀਵੇਟ ਕੀਤਾ ਐਂਡ ਵੀ ਫਾਊਂਡ ਕਿ ਦੇ ਵਾਰ ਪ੍ਰੀਟੀ ਐਕਟਿਵ। ਉਹਨਾਂ ਨੂੰ ਦੁਬਾਰਾ ਕੰਟੈਕਟ ਕੀਤਾ ਗਿਆ, ਆਰਮੀ ਦੇ, BSF ਦੇ ਔਰ ਸਾਡੇ ਆਫਿਸਰਸ ਇਕੱਠੇ ਗਏ, ਮੀਟਿੰਗਾਂ ਕੀਤੀਆਂ, ਸਭ ਕੁਛ ਕੀਤਾ ਐਂਡ ਵੀ ਫਾਊਂਡ ਦੈਟ ਦੇ ਆਰ ਡੂਇੰਗ ਅ ਵੈਰੀ ਗੁੱਡ ਜੋਬ। ਉਹਨਾਂ ਨੂੰ ਦੁਬਾਰਾ ਬਰੀਫ ਕੀਤਾ ਗਿਆ ਐਂਡ ਦੇ ਆਰ ਡੂਇੰਗ ਪ੍ਰੀਟੀ ਵੈਲ ਐਂਡ ਜੇ ਸਾਨੂੰ ਕਿਤੇ ਉਹ ਕਮੀ ਨਜ਼ਰ ਆਏਗੀ ਅਸੀਂ ਕਰਾਂਗੇ। ਬਾਰਡਰ ਦੇ ਵੀ ਅਸੀਂ ਬਿਲਕੁਲ ਅਲਰਟ ਹਾਂ ਜੀ, ਆਰਮੀ, BSF ਐਂਡ ਪੰਜਾਬ ਪੁਲਿਸ ਐਂਡ ਅਦਰ ਏਜੰਸੀਜ਼ ਦੇ ਆਰ ਵਰਕਿੰਗ ਟੂਗੈਦਰ, ਔਰ ਅਸੀਂ ਮਿਲ ਕੇ ਇਸ ਚੀਜ਼ ਨੂੰ ਮਤਲਬ ਇੰਸ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਇਲਾਕੇ 'ਚ ਕੋਈ ਵਾਰਦਾਤ ਨਾ ਹੋਵੇ। ਬਹੁਤ ਅੱਛਾ, ਵੈਰੀ ਗੁੱਡ, ਵੀ ਆਰ ਵਨ ਐਂਡ ਵੀ ਆਰ ਐਕਟਿੰਗ ਐਜ਼ ਵਨ। ਥੈਂਕ ਯੂ ਸਰ, ਬਹੁਤ ਸ਼ੁਕਰੀਆ ਸਰ ਤੁਹਾਡਾ।